ਪੰਜਾਬੀਓ ਜਾਗਦੇ ਕੇ ਸੁੱਤੇ ਪੰਜਾਬੀਓ ਹੋ ਜਾਗਦੇ ਕੇ ਸੁੱਤੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਪ੍ਰੋਗਰਾਮ ਹੈ ਪੰਜਾਬੀਓ ਜਾਗਦੇ ਕੇ ਸੁੱਤੇ ਸੋ ਉਮੀਦ ਕਰਦਾ ਕਿ ਤੁਹਾਡੀ ਨਜ਼ਰ ਦੇ ਵਿੱਚ ਜਿੰਨੇ ਵੀ ਹੁਣ ਤੱਕ ਸਾਡੇ ਐਪੀਸੋਡ ਲੰਘੇ ਹੋਣਗੇ ਉਹ ਤੁਹਾਨੂੰ ਪਸੰਦ ਜ਼ਰੂਰ ਆਏ ਹੋਣਗੇ ਤੁਹਾਨੂੰ ਉਮੀਦ ਕਰਦਾ ਕਿ ਜਿਹੜਾ ਅੱਜ ਦਾ ਜਿਹੜਾ ਟਾਪਿਕ ਮੈਂ ਲਿਆ ਹੈਗਾ ਜਿਹੜਾ ਅੱਜ ਦਾ ਐਪੀਸੋਡ ਹੈ ਉਹ ਤੁਹਾਨੂੰ ਜਰੂਰ ਪਸੰਦ ਆਵੇਗਾ ਅੱਜ ਦਾ ਜਿਹੜਾ ਐਪੀਸੋਡ ਮੈਂ ਲਿਆ ਹੈਗਾ ਇਹ ਬੜਾ ਕਰੰਟ ਇਸ਼ੂ ਹੈ ਮੈਂ ਜਦੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਤੇ ਮੈਨੂੰ ਕਈ ਵਾਰੀ ਇਹ ਮਹਿਸੂਸ ਹੁੰਦਾ ਸੀਗਾ ਕਿ ਕਿਹੜੇ ਕਿਹੜੇ ਟਾਪਿਕ ਨੂੰ ਟੱਚ ਅਸੀਂ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਪੰਜਾਬੀਆਂ ਦੇ ਅੱਗੇ ਖੜੀਆਂ ਹੋਈਆਂ ਨੇ ਬਹੁਤ ਸਾਰੀਆਂ ਐਸੀਆਂ ਸਮੱਸਿਆਵਾਂ ਜਿਹੜੀਆਂ ਅਸੀਂ ਰੋਜ਼ਮਾਰਾ ਦੀ ਜ਼ਿੰਦਗੀ ਦੇ ਵਿੱਚ ਦੇਖਦੇ ਤਾਂ ਹਾਂ ਪਰ ਕਈ ਵਾਰੀ ਉਹ ਸੁਣੇ ਉਂਗੋਲਿਆਂ ਜਿਹੜਾ ਹੈ ਉਹ ਕਰ ਦਿੰਦੇ ਆ ਅੱਜ ਜਿਹੜਾ ਟਾਪਿਕ ਮੈਂ ਚੁਣਿਆ ਹੈਗਾ ਇਹ ਬੜਾ ਖਤਰਨਾਕ ਕਿਸਮ ਦਾ ਜਿਹੜਾ ਬਿਆਨ ਸੀਗਾ ਉਹ ਗ੍ਰਹਿ ਮੰਤਰੀ ਵੱਲੋਂ ਜਿਹੜਾ ਅਮਨ ਸ਼ਾਹ ਵੱਲੋਂ ਦਿੱਤਾ ਗਿਆ ਮੈਂ ਉਹਨੂੰ ਆਪਣਾ ਆਧਾਰ ਆ ਜਿਸ ਇਸ ਪ੍ਰੋਗਰਾਮ ਦੇ ਵਿੱਚ ਬਣਾਇਆ ਹੈਗਾ ਉਹਦੇ ਵਿੱਚ ਅਮਨ ਸ਼ਾਹ ਹੋਣਾ ਨੇ ਬਿਆਨ ਦਿੱਤਾ ਜੀ ਤੁਸੀਂ ਸਾਰਿਆਂ ਨੇ ਸੁਣਿਆ ਵੀ ਹੋਣਾ ਤੁਸੀਂ ਸਾਰਿਆਂ ਨੇ ਦੇਖ ਵੀ ਲਿਆ ਹੋਣਾ ਤੁਸੀਂ ਸਾਰਿਆਂ ਨੇ ਪੜ੍ਹ ਵੀ ਲਿਆ ਹੋਣਾ ਉਹਦੇ ਚ ਉਹਨਾਂ ਨੇ ਕਿਹਾ ਜੀ ਕਿ ਇੱਕ ਨੇਸ਼ਨ ਤੇ ਇੱਕ ਲੈਂਗੁਏਜ ਕਿ ਹਿੰਦੀ ਭਾਸ਼ਾ ਦਾ ਜਿਹੜਾ ਇਸਤੇਮਾਲ ਹੈ ਉਹ ਇੱਕ ਜਿਹੜਾ ਸਾਰੇ ਦੇਸ਼ ਵਿੱਚ ਹੋਏਗਾ ਤੁਸੀਂ ਇੱਥੋਂ ਇਹ ਅੰਦਾਜ਼ਾ ਲਗਾਓ ਕਿ ਜਿਹੜੀ ਇਹ ਆਡਿਆਲੋਜੀ ਹੈ ਇਹ ਉਹਨਾਂ ਨੇ ਉਹ ਬਹੁਤ ਸਪੀਡ ਨਾਲ ਇੱਕ ਗੱਲ ਸਾਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਉਹ ਆਪਣੀ ਜਿਹੜੀ ਸਪੀਡ ਆ ਨਾ ਉਹ ਆਪਣੀ ਸਪੀਡ ਕਈ ਗੁਣਾ ਵਧਾ ਚੁੱਕੇ ਨੇ ਆਪਣੇ ਜਿਹੜੇ ਆਪਣੀ ਆਡਿਆਲੋਜੀ ਵਾਸਤੇ ਤੇ ਆਪਣੇ ਜਿਹੜੇ ਉਹਨਾਂ ਦੇ ਏਜੰਡੇ ਨੇ ਉਹਨਾਂ ਨੂੰ ਲਾਗੂ ਕਰਨ ਵਾਸਤੇ ਸੋ ਆਪਾਂ ਇਸ ਤੇ ਹੀ ਆਪਾਂ ਅੱਜ ਗੱਲਬਾਤ ਜਿਹੜੀ ਉਹ ਕਰਨੀ ਹੈਗੀ ਆ ਗੱਲਬਾਤ ਜਿਹੜੀ ਹੈ ਉਹਦੇ ਵਿੱਚ ਆਪਾਂ ਖੋਲਣ ਦੀ ਕੋਸ਼ਿਸ਼ ਕਰਾਂਗੇ ਜਿੰਨਾਕ ਆਪਾਂ ਖੋਲ ਸਕੀਏ ਇਸ ਦੇ ਸਮੇਂ ਮੁਤਾਬਕ ਸਮਾਬੰਦ ਪ੍ਰੋਗਰਾਮ ਹੋਣ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਾਂ ਜਿਹੜਾ ਗੱਲਾਂ ਦਾ ਜਿਹੜਾ ਆਦਾਨ ਪ੍ਰਦਾਨ ਹੈਗਾ ਉਹ ਕੀਤਾ ਜਾ ਸਕੇ ਸੋ ਵਨ ਨੇਸ਼ਨ ਤੇ ਵਨ ਲੈਂਗੁਏਜ ਪਹਿਲਾਂ ਇਹਨਾਂ ਨੇ ਜਦੋਂ ਧਾਰਾ 370 ਜਿਹੜੀ ਸੀ ਹਟਾਈ ਸੀਗੀ ਕਸ਼ਮੀਰ ਦੇ ਵਿੱਚੋਂ ਜਿਹੜੀ ਹੱਲੇ ਵੀ ਉਹਨਾਂ ਨੂੰ ਡੱਕਿਆ ਹੋਇਆ ਯਾਨੀ ਕਿ ਉਹਨਾਂ ਦੀ ਸੰਗੀ ਵੀ ਕੁੱਟੀ ਆ ਉਹਨਾਂ ਤੇ ਕਰਫੂ ਵਰਗਾ ਮਾਹੌਲ ਆ ਜਿਹੜਾ ਇੰਟਰਨੈਸ਼ਨਲ ਬਾਕੀ ਦੇਸ਼ ਨੇ ਉਹ ਵੀ ਸੁੱਤੇ ਪਏ ਨੇ ਨਾ ਯੂਨੋ ਬੋਲ ਰਿਹਾ ਨਾ ਕੁਝ ਹੋਰ ਕੋਈ ਬੋਲ ਰਿਹਾ ਹੈਗਾ ਉਹਦੇ ਉੱਤੇ ਬਹੁਤ ਸਾਰੇ ਜਿਹੜੇ ਹੋਰ ਪ੍ਰਦੇਸ਼ ਸੀਗੇ ਉਹ ਵੀ ਨਹੀਂ ਬੋਲੇ ਪੰਜਾਬ ਦੇ ਵਿੱਚ ਜਿਹੜਾ ਹੈ ਉਹਦਾ ਵਿਰੋਧ ਹੁਣ ਵੀ ਹੋ ਰਿਹਾ ਹੈਗਾ ਤੇ ਪਹਿਲਾਂ ਵੀ ਜਦੋਂ ਉਹ ਚੀਜ਼ ਕੀਤੀ ਗਈ ਉਹ ਦੋਵੇਂ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਹੁਣ ਕੀਤਾ ਜਾ ਰਿਹਾ ਹੈਗਾ ਨੌਜਵਾਨਾਂ ਨੇ ਬਹੁਤ ਕੀਤਾ ਹੋਰ ਲੋਕਾਂ ਨੇ ਉਹ ਕੀਤਾ ਲੋਕਾਂ ਨੇ ਇਥੋਂ ਤੱਕ ਵੀ ਕਿਹਾ ਕਿ ਜਿਹੜਾ ਗੂੰਜੜੀ ਵਾਰੀ ਹੈ ਉਹ ਪੰਜਾਬ ਦੀ ਆਉਣ ਵਾਲੀ ਹੈਗੀ ਆ ਉਹਦੇ ਤੇ ਵੀ ਆਪਾਂ ਥੋੜੀ ਜੀ ਗੱਲਬਾਤ ਅੱਗੋਂ ਥੋੜਾ ਜਿਹਾ ਟਾਪਿਕ ਜਿਹੜਾ ਹੈ ਉਹ ਕਰਾਂਗੇ ਕਿ ਪੰਜਾਬ ਦੀ ਗੱਦਾ ਵਾਰੀ ਜਿਹੜੀ ਹੈ ਆਉਣ ਵਾਲੀ ਹੈ ਸੋ ਆਪਾਂ ਗੱਲ ਕਰੀਏ ਕਿ ਉਹਨਾਂ ਨੇ ਇੱਕ ਹਿੰਦੀ ਦਿਵਸ ਜਿਹੜਾ ਹੈ ਉਹ ਮਨਾ ਰਹੇ ਜਿਸ ਤਰ੍ਹਾਂ ਕੇ ਮਨਾਓ ਤੁਸੀਂ ਕਿਸੇ ਵੀ ਲੈਂਗੁਏਜ ਦਾ ਮਨਾਓ ਕੋਈ ਵੀ ਹੈ ਉਹ ਦੇਸ਼ ਜਿਹੜੇ ਮਨਾਉਂਦੇ ਹੁੰਦੇ ਨੇ ਮਨਾਉਣਾ ਵੀ ਚਾਹੀਦਾ ਹੈਗਾ ਅ ਜਰੂਰ ਮਨਾਉਣਾ ਚਾਹੀਦਾ ਕਿਸੇ ਦੀ ਲੈਂਗੁਏਜ ਸਾਰੀ ਸਾਰੀਆਂ ਲੈਂਗੁਏਜ ਸਤਕਾਰ ਸਤਕਾਰਤ ਹੁੰਦੀਆਂ ਨੇ ਸਾਰੀਆਂ ਲੈਂਗੁਏਜ ਸਿੱਖਣੀਆਂ ਚਾਹੀਦੀਆਂ ਬੋਲਣੀਆਂ ਚਾਹੀਦੀਆਂ ਔਰ ਉਹਨਾਂ ਦਾ ਸਤਕਾਰ ਵੀ ਕਰਨਾ ਚਾਹੀਦਾ ਹੈਗਾ ਪਰ ਇੱਕ ਨੇਸ਼ਨ ਤੇ ਇੱਕ ਲੈਂਗੁਏਜ ਦਾ ਜਿਹੜਾ ਕਨਸੈਪਟ ਆ ਇਹ ਕਿੱਥੋਂ ਆਇਆ ਜੀ ਇਹ ਇਹ ਇੱਕ ਬੜਾ ਗੰਭੀਰ ਇਹ ਖਤਰਨਾਕ ਜਿਹੜਾ ਹੈ ਉਹ ਉਹ ਹੈਗਾ ਇਸ ਤੋਂ ਬਾਅਦ ਹੁਣ ਇਹ ਗੱਲ ਦੇ ਉੱਤੇ ਕਈ ਲੋਕ ਸਾਡੇ ਨਾਲ ਕਈ ਵਾਰੀ ਐਗਰੀ ਨਹੀਂ ਹੁੰਦੇ ਹੈਗੇ ਹੁਣ ਉਹਨਾਂ ਨੇ ਇਹ ਕਿਹਾ ਨਾ ਕਿ ਇੱਕ ਲੈਂਗੁਏਜ ਇੱਕ ਦੇਸ਼ ਹੁਣ ਅਗਲੀ ਜਿਹੜੀ ਸਟੇਟਮੈਂਟ ਹੈ ਉਹ ਇਹ ਕੱਲੀ ਸਟੇਟਮੈਂਟ ਨਹੀਂ ਤੁਸੀਂ ਇਹਨੂੰ ਕੱਲਾ ਬਿਆਨ ਨਾ ਸਮਝ ਲੈਣਾ ਇਹ ਸਮਝ ਲੈਣਾ ਕਿ ਉਹਨਾਂ ਨੇ ਆਪਣੀ ਤਿਆਰੀ ਕੀਤੀ ਹੋਈ ਆ ਸਿਰਫ ਤੁਹਾਡੇ ਦੇ ਉੱਤੇ ਥੋਪਣੀਆਂ ਤੁਗਲੀਆ ਹਰਬਮਾਨ ਜਿਹੜਾ ਹੈ ਉਹ ਤੁਹਾਡੇ ਤੇ ਲਾਗੂ ਹੋਣ ਵਾਲਾ ਕਿ ਠੀਕ ਹੈ ਜੀ ਅਗਰ ਤੁਸੀਂ ਕੱਲ ਤੱਕ ਤਾਂ ਉਹਨੂੰ ਕੁੱਟਦੇ ਸੀ ਕਿ ਜਿਹੜਾ ਜੈਸ਼ਰੀ RAM ਨਹੀਂ ਸੀ ਬੋਲਦਾ ਹੁਣ ਇਹ ਕੁੱਟਿਆ ਕਰਨਗੇ ਜਿਹੜਾ ਹਿੰਦੀ ਨਹੀਂ ਬੋਲਿਆ ਕਰੇਗਾ ਫੇਰ ਉਸ ਤੋਂ ਬਾਅਦ ਇੱਕ ਚੀਜ਼ ਵਾਸਤੇ ਹੋਰ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਉਹ ਹੈਗਾ ਇਹ ਕਿ ਇਸ ਤੋਂ ਬਾਅਦ ਉਹਨਾਂ ਨੇ ਕਹਿਣਾ ਜੀ ਇੱਕ ਜਿਹੜਾ ਹੈ ਇੱਕ ਦੇਸ਼ ਤੇ ਇੱਕ ਹੀ ਤਰ੍ਹਾਂ ਕਿ ਇਹ ਇੰਡੀਆ ਦੇ ਵਿੱਚ ਅਗਰ ਤੁਸੀਂ ਰਹਿਣਾ ਅਗਰ ਤੁਸੀਂ ਹਿੰਦੂ ਹੋ ਤਾਂ ਤੁਸੀਂ ਹਿੰਦੂ ਰਹੋਗੇ ਹਿੰਦੂ ਹੀ ਰਹਿ ਸਕਦੇ ਨੇ ਜਾਂ ਤਾਂ ਹਿੰਦੂ ਬਣ ਜਾਓ ਡਿਕਲੇਅਰ ਕਰ ਦਿਓ ਲਿਖ ਦਿਓ ਜਾਂ ਤੁਸੀਂ ਇਸ ਚੀਜ਼ ਨੂੰ ਮੰਨ ਲਓ ਚਾਹੇ ਉਹ ਕਿਸੇ ਵੀ ਧਰਮ ਨੂੰ ਜਿਹੜਾ ਹੈ ਉਹ ਬਿਲੋਂਗ ਕਰਦਾ ਹੈਗਾ ਇਹ ਆਡਿਆਲੋਜੀ ਕਿਹਦੀ ਹੈ ਜੀ ਇਹ ਹੈ ਰੀ ਆਰਐਸਐਸ ਦੀ ਆਡਿਆਲੋਜੀ ਆਰਐਸਸੀ ਆਡਿਆਲੋਜੀ ਜਿਹੜੀ ਹੈ ਉਹ ਭੀਜਪੀ ਜਿਹੜੀ ਹੈ ਉਹਨਾਂ ਦੀ ਜਿਹੜੀ ਪਾਰਟੀ ਆ ਇੱਕ ਜਿਹੜੀ ਕੰਮ ਕਰਦੀ ਆ ਤੇ ਇਹ ਸਾਰਾ ਕੁਝ ਉਹ ਪਿੱਛੋਂ ਚਲਾ ਰਹੇ ਨੇ ਤਾਂ ਇਹ ਤੁਹਾਡੇ ਤੇ ਉੱਤੇ ਫਰਮਾਨ ਜਿਹੜੇ ਨੇ ਇਹ ਜਿਹੜੇ ਨੇ ਉਹ جاری ਹੋ ਰਹੇ ਨੇ ਬਹੁਤ ਸਾਰੇ ਫਰਮਾਨ ਆਉਣਗੇ ਹਲੇ ਹਾਲੇ ਤਾਂ ਤੁਸੀਂ ਕੁਝ ਵੀ ਨਹੀਂ ਦੇਖਿਆ ਹਨ ਤਾਂ 100 ਦਿਨ ਵੀ ਨਹੀਂ ਇਹਨਾਂ ਦਾ ਪੂਰਾ ਹੋਇਆ ਮੱਲਾ ਦਾ 100 ਦਿਨੀ ਮਸਾ ਪੂਰਾ ਹੋਇਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਕਿ ਸਾਡੇ ਨਾਲ ਹੋ ਕੀ ਗਿਆ ਕਰ ਕੀ ਦਿੱਤਾ ਤੁਹਾਨੂੰ ਇਹ ਸੋਚਣ ਦਾ ਮੌਕਾ ਨਹੀਂ ਮਿਲਿਆ ਕਰੇਗਾ ਕਿ ਇੱਕ ਚੀਜ਼ ਹੋਈ ਆ ਕਿਹਦੇ ਵੱਲ ਅਸੀਂ ਹੋਈਏ ਪਰ ਜੇ ਅੱਜ ਅਸੀਂ ਦੇਖਿਆ ਜਾਵੇ ਤਾਂ ਅਹਿਰਾਨਗੀ ਹੁੰਦੀ ਆ ਕਈ ਵਾਰੀ ਮੈਂ ਇੱਥੇ ਅਕਾਲੀ ਦਲ ਨੂੰ ਜ਼ਰੂਰ ਜ਼ਰੂਰ ਇੱਥੇ ਦੇਖਣਾ ਚਾਹਾਂਗਾ ਉਹਨਾਂ ਉਹਨਾਂ ਦਾ ਵਰਤੀਰਾ ਜ਼ਰੂਰ ਦੇਖਣਾ ਚਾਹਾਂਗਾ ਅਕਾਲੀ ਦਲ ਜਿਹੜਾ ਅੱਜ ਤੱਕ ਪੰਥਕ ਪਾਰਟੀ ਬਣ ਕੇ ਹੁਣ ਤੱਕ ਪੰਜਾਬ ਦੇ ਵਿੱਚ ਲੋਕਾਂ ਕੋਲੋਂ ਵੋਟਾਂ ਲੈ ਕੇ ਰਾਜ ਕਰਦਾ ਰਿਹਾ ਤੁਸੀਂ ਇੱਕ ਗੱਲ ਦੱਸੋ ਉਹ ਕਿਹੜੀ ਇਹੋ ਜਿਹੀ ਕੁੰਬ ਕਰਨ ਦੀ ਨੀਂਦ ਸੌਂ ਗਿਆ ਉਹ ਉਹਨਾਂ ਦੀਆਂ ਜ਼ਮੀਰਾਂ ਵੀ ਮਰ ਗਈਆਂ ਉਹਨਾਂ ਦਾ ਸਾਰਾ ਕੁਝ ਉਹਨਾਂ ਨੇ ਆਪਣੀ ਭਾਈਵਾਲ ਪਾਰਟੀ ਦੇ ਅੱਗੇ ਸਾਰਾ ਕੁਝ ਜਿਹੜਾ ਸਮਰਪਣ ਕਰਤਾ ਆਤਮਸਵਰਪਣ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਹੀ ਕਰ ਦਿੱਤਾ ਪਤਾ ਨਹੀਂ ਕੀ ਕੁਝ ਸਮਰਪਣ ਕਰ ਦਿੱਤਾ ਉਹਨਾਂ ਨੇ ਤੇ ਉਹਨਾਂ ਨੇ ਸਾਰਾ ਕੁਝ ਉਹਨਾਂ ਦੇ ਕਦਮਾਂ ਦੇ ਵਿੱਚ ਦੱਬ ਦਿੱਤਾ ਜਾ ਕੇ ਕਿ ਲਓ ਜੀ ਭਾਵੇਂ ਸਾਨੂੰ ਤੁਸੀਂ ਸਾਡਾ ਕੁਝ ਕਰ ਦਿਓ ਲੇਕਿਨ ਸਾਡਾ ਜਿਹੜਾ ਰਾਜ ਭਾਗ ਹੈ ਉਹ ਕਾਮ ਜਿਹੜਾ ਕਾਮਜਾਬ ਜਿਹੜਾ ਹੈ ਜਾਂ ਉਹ ਜਿਹੜਾ ਹੈ ਉਹ ਰਹਿਣਾ ਚਾਹੀਦਾ ਤੁਸੀਂ ਸਾਡਾ ਧਰਮ ਵਿਗਾੜ ਦਿਓ ਤੁਸੀਂ ਸਾਡੀ ਲੈਂਗੁਏਜ ਵਿਗਾੜ ਦਿਓ ਪੰਜਾਬ ਦਾ ਕੋਸ਼ ਕਰ ਦਿਓ ਸਾਨੂੰ ਕੋਈ ਪਰਵਾਹ ਨਹੀਂ ਸਾਨੂੰ ਤਾਂ ਸਿਰਫ ਗੱਦੀ ਚਾਹੀਦੀ ਹੈਗੀ ਆ ਪਰ ਇੱਕ ਗੱਲ ਦੋਸਤੋ ਇੱਥੇ ਮੈਂ ਕਹਿਣੀ ਚਾਹਾਂਗਾ ਇਤਿਹਾਸ ਨਾਲੋਂ ਨਾਲ ਹੀ ਬਣਿਆ ਕਰਦੇ ਨੇ ਸੋ ਇਤਿਹਾਸ ਕਦੀ ਮਾਫ ਨਹੀਂ ਕਰੇਗਾ ਇਹ ਜਿਹੜੇ ਦਿਨ ਚੱਲ ਰਹੇ ਨੇ ਇਸ ਦਿਨਾਂ ਦੇ ਵਿੱਚ ਜੋ ਵੀ ਲਿਖਿਆ ਜਾਏਗਾ ਜਿੱਦੋਂ ਵੀ ਇਤਿਹਾਸ ਲਿਖਿਆ ਜਾਏਗਾ ਇਹ ਕਾਲੇ ਅੱਖਰਾਂ ਦੇ ਵਿੱਚ ਉਹਨਾਂ ਲੋਕਾਂ ਦਾ ਨਾਮ ਜ਼ਰੂਰ ਆਏਗਾ ਜਿਹੜੇ ਲੋਕ ਅੱਜ ਬਿਲਕੁਲ ਚੁੱਪੀ ਧਾਰੀ ਬੈਠੇ ਨੇ ਜਿਹੜੇ ਲੋਕ ਬਿਲਕੁਲ ਚੁੱਪ ਨੇ ਜਾਂ ਆਪਣੀ ਆਤਮਾ ਨੂੰ ਮਾਰ ਕੇ ਆਪਣੇ ਆਪਣੇ ਉਹ ਜਿੰਦੇ ਤਾਂ ਫਿਰ ਰਹੇ ਨੇ ਪਰ ਆਤਮਾ ਉਹਨਾਂ ਦੀ ਜ਼ਮੀਰ ਜੜੀ ਆ ਪੂਰੀ ਤਰ੍ਹਾਂ ਦੇ ਨਾਲ ਮਰੀ ਹੋਈ ਆ ਤੇ ਉਹ ਲੋਕ ਜਿਹੜੇ ਨੇ ਅੱਜ ਉਹ ਇਸ ਦੇ ਵਿੱਚ ਸਮਾਜ ਦੇ ਵਿੱਚ ਵਿਸਰ ਆਪਣਾ ਵਿਸਰ ਰਹੇ ਨਹੀਂ ਤੇ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਸਾਨੂੰ ਇਤਿਹਾਸ ਤੇ ਸਾਡਾ ਜਿਹੜਾ ਆਉਣ ਵਾਲਾ ਜਿਹੜਾ ਵਿਰਸਾ ਹੈ ਜਿਹੜਾ ਸਾਡੀ ਆਉਣ ਵਾਲੀਆਂ ਜਨਰੇਸ਼ਨਾਂ ਨੇ ਉਹ ਕਦੀ ਸਾਨੂੰ ਮੁਆਫ ਨਹੀਂ ਕਰਨਗੇ ਆ ਉਹ ਕਦੀ ਸਾਨੂੰ ਬਖਸ਼ਣ ਗਿਆ ਨਹੀਂ ਉਹ ਸਾਨੂੰ ਇੱਜ਼ਤ ਤੇ ਮਾਣ ਦੇ ਨਾਲ ਜਿਹੜੀ ਹੈ ਉਹ ਕਦੀ ਨਹੀਂ ਦੇਖਣਗੇ ਆ ਬਿਲਕੁਲ ਕਿਸੇ ਬੰਦੇ ਦੇ ਇਹ ਦਿਮਾਗ ਦੇ ਵਿੱਚ ਗੱਲ ਨਹੀਂ ਆ ਰਹੀ ਹੈਗੀ ਕਿ ਇਹ ਕੀ ਕਹਿ ਰਹੇ ਨੇ ਤੇ ਉਹਦਾ ਉਹ ਉਹ ਉਹਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਹੈਗਾ ਇੱਕ ਸ਼ਖਸ ਦਾ ਮੈਂ ਨਾਮ ਇੱਥੇ ਜ਼ਰੂਰ ਮੈਂਸ਼ਨ ਕਰਨਾ ਚਾਹਾਂਗਾ ਕੁਝ ਵੀ ਕੋਈ ਕਵੇ ਕੋਈ ਕਿਸ ਤਰ੍ਹਾਂ ਦੇ ਨਾਲ ਕਵੇ ਸਰਦਾ ਸੁਖਪਾਲ ਸਿੰਘ ਜੀ ਖਹਿਰਾ ਜਿਨ੍ਹਾਂ ਨੇ ਕੰਮ ਸੇ ਕੰਮ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਯੋ ਆਪਣੀ ਜਿਹੜੀ ਗੱਲਬਾਤ ਹੈ ਉਹ ਦੁਨੀਆ ਤੱਕ ਜਿਹੜੀ ਉਹ ਪਹੁੰਚਾਉਂਦੇ ਨੇ ਬਾਕੀ ਮੈਨੂੰ ਕੋਈ ਦਿਸਿਆ ਹੀ ਨਹੀਂ ਬਾਕੀ ਕੋਈ ਬੰਦਾ ਕਿਤੇ ਕੋਈ ਇਹੋ ਜਿਹਾ ਦਿਸਿਆ ਹੀ ਨਹੀਂ ਜਿਹੜਾ ਬੰਦਾ ਆਵਾਜ਼ ਨੂੰ ਉਠਾ ਕੇ ਅੱਗੇ ਆਵੇ ਕਿ ਤੁਸੀਂ ਇਹ ਜਾਂ ਉਹਨਾਂ ਨੂੰ ਸਮਝ ਨਹੀਂ ਤੇ ਜਾਂ ਉਹ ਆਪਣੀ ਚੁੱਪੀ ਧਾਰ ਕੇ ਆਪਣਾ ਟਾਈਮ ਪਾਸ ਜਿਹੜਾ ਉਹ ਕਰ ਰਹੇ ਨੇ ਕੀ ਗੱਲ ਉਹਨਾਂ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਕਿ ਅੱਜ ਤਾਂ ਤੁਹਾਨੂੰ ਇਹ ਗੱਲ ਬਹੁਤ ਛੋਟੀ ਲੱਗਦੀ ਆ ਤੇ ਕੱਲ ਨੂੰ ਜਦੋਂ ਬਹੁਤ ਵੱਡੇ ਰੂਪ ਦੇ ਵਿੱਚ ਇੱਕ ਦਾਇੰਤ ਦਾ ਰੂਪ ਧਾਰਨ ਕਰਕੇ ਸਾਡੇ ਤੱਕ ਪਹੁੰਚੇਗੀ ਤੇ ਉਦੋਂ ਅਸੀਂ ਕੀ ਕਰਾਂਗੇ ਇਹ ਜਿਹੜੇ ਜਿਹੜਾ ਕੁਝ ਹੋ ਰਿਹਾ ਨਾ ਹੁਣ ਧਾਰਾ 370 ਦਾ ਖਤਮ ਕਰਨਾ ਫੇਰ ਆ ਇੱਕ ਇੱਕ ਚੀਜ਼ ਹੋਰ ਕੇ ਉਹ ਪਾਣੀਆਂ ਦੇ ਮਸਲੇ ਦੇ ਉੱਤੇ ਵੀ ਉਹਨਾਂ ਦਾ ਜਿਹੜਾ ਸਟੈਂਡ ਆ ਇਸ ਟਾਈਮ ਦੇ ਉੱਤੇ ਸੈਂਟਰ ਦਾ ਦਿੱਲੀ ਦਾ ਉਹ ਬੜਾ ਸਿੱਧਾ ਸਦਾਇਆ ਕਿ ਅਸੀਂ ਬਖਸ਼ਣਾ ਕਿਸੇ ਨੂੰ ਨਹੀਂ ਹੈਗਾ ਇਹਨਾਂ ਦੇ ਤਾਂ ਸ ਇਹ ਇਹ ਸਾਰੇ ਬੰਨੇ ਹੋ ਅਸੀਂ ਸੰਗੀ ਜੜੀ ਆ ਇਹਨਾਂ ਦੀ ਘੁੱਟਣੀ ਹੈ ਕੀ ਆ ਦੇਖੋ ਇਹ ਜਿਹੜਾ ਸਾਡਾ ਜੇ ਆਪਾਂ ਇਹ ਕਹਿੰਨੇ ਆ ਕਿ ਸਾਡਾ ਸਾਡੇ ਦੇ ਦੀ ਬਹੁ ਧਰਮਾਂ ਦਾ ਜਿਹੜਾ ਇਹ ਦੇਸ਼ ਹੈਗਾ ਇਹਦੇ ਚ ਬਹੁਤ ਸਾਰੇ ਧਰਮ ਨੇ ਵਾਸਤੇ ਨੇ ਅਸੀਂ ਸਾਰਿਆਂ ਦੀ ਜੜੀ ਹੈ ਉਹ ਬੜੀ ਇੱਜ਼ਤ ਕਰਦੇ ਹੈਗੇ ਆ ਸਾਰੀਆਂ ਅਸੀਂ ਬਾਰੇ ਲੋਕਾਂ ਨਾਲ ਜਦੋਂ ਗੱਲ ਕਰਦੇ ਸੀਗੇ ਤਾਂ ਅਸੀਂ ਕਈ ਵਾਰੀ ਇਹ ਮਹਿਸੂਸ ਕਰਦੇ ਸੀਗੇ ਕਿ ਅਸੀਂ ਲੋਕਾਂ ਨਾਲ ਜਦੋਂ ਗੱਲਬਾਤ ਕਰਨੀ ਕਿ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਪਛਾਵਾਵਾਂ ਬੋਲੀਆਂ ਜਾਂਦੀਆਂ ਨੇ ਕਈ ਲੈਂਗੁਏਜ ਸਾਨੂੰ ਵੀ ਨਹੀਂ ਪਤਾ ਕਿ ਸੌਥ ਚਲੇ ਜਾਂਦੇ ਆ ਤਾਂ ਸਾਨੂੰ ਵੀ ਨਹੀਂ ਸਹੀ ਪਤਾ ਲੱਗਦਾ ਕਿ ਉਸ ਲੈਂਗੁਏਜ ਦੇ ਵਿੱਚ ਅਸੀਂ ਕਿੱਦਾਂ ਗੱਲਬਾਤ ਕਰਨੀ ਆ ਕੋਈ ਕਾਮਨ ਲੈਂਗੁਏਜ ਜਿਹੜੀ ਹੈ ਪਰ ਇਹ ਗੱਲ ਜਿਹੜੀ ਆ ਇਹ ਕਿੱਥੋਂ ਨਿਕਲ ਕੇ ਆਈ ਇਸ ਅਡਿਆਲੋਜੀ ਨੂੰ ਸਾਨੂੰ ਸਮਝਣਾ ਪਵੇਗਾ ਨਹੀਂ ਤਾਂ ਅਸੀਂ ਬਰਬਾਦ ਹੋ ਜਾਵਾਂਗੇ ਸਾਨੂੰ ਜ਼ਰੂਰ ਇਸ ਦੇ ਉੱਤੇ ਐਕਸ਼ਨ ਕਰਨਾ ਚਾਹੀਦਾ ਸਾਨੂੰ ਰੈਐਕਸ਼ਨ ਕਰਨਾ ਚਾਹੀਦਾ ਮੈਂ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਕਿ ਉਹ ਟਿਕਟੋਕ ਵਾਲੀਆਂ ਜਿਹੜੀਆਂ ਨੇ ਉਹ ਵੀਡੀਓ ਜਿਹੜੀਆਂ ਨੇ ਅਗਰ ਤੁਸੀਂ ਬਣਾਉਣੀਆਂ ਨੇ ਤਾਂ ਇਹੋ ਜੀਆਂ ਵੀਡੀਓ ਜਿਹੜੀਆਂ ਨੇ ਜਿਹੜੀਆਂ ਲੋਕਾਂ ਨੂੰ ਜਿੰਨਾ ਲੋਕਾਂ ਨੂੰ ਸਮਝ ਨਹੀਂ ਆ ਤਾਂ ਜਿਹੜੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਉਹਨਾਂ ਨੂੰ ਅਵੇਅਰ ਕਰੋ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਾਓ ਕਿ ਆਹ ਜਿਹੜੀ ਚੀਜ਼ ਆ ਇਸ ਦਾ ਅਸੀਂ ਵਿਰੋਧ ਕਰਨਾ ਹੈਗਾ ਇਸ ਚੀਜ਼ ਨੂੰ ਅਸੀਂ ਇਹ ਚੀਜ਼ਾਂ ਐਕਸੈਪਟੇਬਲ ਨਹੀਂ ਹੈਗੀਆਂ ਕਿਸੇ ਰੂਪ ਵਿੱਚ ਐਕਸੈਪਟੇਬਲ ਨਹੀਂ ਹੈਗੀਆਂ ਤੇ ਜਦੋਂ ਇਹ ਚੀਜ਼ ਜਿਹੜੀ ਆ ਅਸੀਂ ਐਕਸੈਪਟ ਨਹੀਂ ਕਰਾਂਗੇ ਤਾਂ ਫੇਰ ਕੁਛ ਨਾ ਕੁਛ ਜਿਹੜਾ ਵਿਰੋਧ ਜਦੋਂ ਹੋਏਗਾ ਤੇ ਕਮ ਸੇ ਕਮ ਉਹਨਾਂ ਦੇ ਕੰਨਾਂ ਦੇ ਉੱਤੇ ਜੂੰ ਸਰਕੇਗੀ ਕਿ ਜਾਂ ਜਦੋਂ ਉੱਥੋਂ ਫਰਮਾਨ ਹੀ ਉੱਥੋਂ ਨਿਕਲ ਕੇ ਆ ਗਿਆ ਕਿ ਤੁਸੀਂ ਬੋਲ ਹੀ ਨਹੀਂ ਸਕਦੇ ਹੋਰ ਕੁਝ ਤੁਸੀਂ ਕੁਝ ਲਿਖ ਹੀ ਨਹੀਂ ਸਕਦੇ ਤਾਂ ਫਿਰ ਤੁਸੀਂ ਕਿ ਸਾਈਡ ਦੇ ਉੱਤੇ ਜਾਓਗੇ ਜਿਹੜੀ ਬੋਲੀ ਹੁੰਦੀ ਆ ਬੋਲੀ ਆ ਅਗਰ ਤੁਸੀਂ ਕਿਸੇ ਗਵਾਂਡੀ ਦੇਸ਼ ਦੇ ਵਿੱਚ ਵੀ ਜਾਂਦੇ ਹੋ ਸਪੋਜ ਕਰੋ ਪਾਕਿਸਤਾਨ ਚ ਵੀ ਤੁਸੀਂ ਜਾਂਦੇ ਹੋ ਤਾਂ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਇਹ ਬੜਾ ਪੰਜਾਬ ਹੈਗਾ ਜਦੋਂ ਤੁਸੀਂ ਉਹਦੇ ਵਿੱਚ ਗੱਲਬਾਤ ਕਰਦੇ ਹੋ ਤੇ ਕਿੰਨਾ ਮਿੱਠਾ ਲੱਗਦਾ ਜਬ ਬਹੁਤ ਸਾਰੀਆਂ ਜਦੋਂ ਤੁਸੀਂ ਲੈਂਗੁਏਜ ਦੇ ਵਿੱਚ ਗੱਲਬਾਤ ਸੁਣਦੇ ਹੋ ਕਰਦੇ ਹੋ ਤੇ ਉਹ ਜੜੀਆਂ ਨੇ ਉਹ ਕਿੱਡਾ ਪਿਆਰ ਦੇ ਨਾਲ ਆਪਾਂ ਇੱਕ ਦੂਸਰੇ ਦੇ ਨਾਲ ਜੜੀ ਹੈ ਉਹ ਗੱਲਬਾਤ ਕਰ ਸਕਦੇ ਹੈਗੇ ਆ ਆਪਾਂ ਉਸ ਇੰਡੀਆ ਤੋਂ ਬਾਹਰ ਆ ਗਏ ਆ ਅੱਜ ਵੀ ਸਾਡੇ ਲੋਕਾਂ ਨੂੰ ਵੀ ਸਾਨੂੰ ਚੰਗਾ ਲੱਗਦਾ ਠੀਕ ਹੈ ਬਾਹਰ ਆਣ ਕੇ ਸਾਨੂੰ ਇੰਟਰਨੈਸ਼ਨਲ ਲੈਂਗੁਏਜ ਜਿਹੜੀਆਂ ਨੇ ਉਹ ਸਾਡਾ ਬੋਲਣਾ ਮਜਬੂਰੀ ਆ ਸਾਡੀ ਬੋਲਣੀ ਸਾਨੂੰ ਸਾਨੂੰ ਸਿੱਖਣੀ ਜਿਹੜੀ ਅਸੀਂ ਸਿੱਖੀ ਆ ਉਹ ਅਸੀਂ ਬੋਲਾਂਗੇ ਵੀ ਜ਼ਰੂਰ ਜਿੱਥੇ ਕਿਤੇ ਲੋੜ ਪੈਂਦੀ ਆ ਪਰ ਜਿਹੜਾ ਜਿਹੜੀ ਜਿਹੜੀ ਗੱਲ ਅਸੀਂ ਆਪਣੇ ਬੱਚੇ ਨੂੰ ਜਿਹੜੀ ਗੱਲ ਆਪਣੇ ਅਸੀਂ ਮਾਪੇ ਨੂੰ ਜਿਹੜੀ ਗੱਲ ਆਪਣੇ ਰਿਸ਼ਤੇਦਾਰ ਨੂੰ ਜਿਹੜੀ ਗੱਲ ਆਪਣੇ ਭੈਣ ਭਰਾ ਨੂੰ ਜਿਹੜੀ ਗੱਲ ਆਪਣੇ ਸਾਖ ਸੰਬੰਧੀਆਂ ਨੂੰ ਜਿਹੜੀ ਗੱਲ ਆਪਣੇ ਲੋਕਾਂ ਨੂੰ ਜਿਹੜੇ ਲੋਕ ਸਾਡੇ ਉਸ ਖਿੱਤੇ ਦੇ ਵਿੱਚੋਂ ਆਏ ਹੋਏ ਨੇ ਉਹਨਾਂ ਨਾਲ ਜਦੋਂ ਅਸੀਂ ਉਸ ਲੈਂਗੁਏਜ ਦੇ ਵਿੱਚ ਗੱਲ ਕਰਦੇ ਆਂ ਤੇ ਸਾਨੂੰ ਇੱਕ ਅਲੱਗ ਕਿਸਮ ਦੀ ਖੁਸ਼ੀ ਤੇ ਅਲੱਗ ਕਿਸਮ ਦਾ ਜਿਹੜਾ ਪਿਆਰ ਆ ਉਹ ਉਹਦੇ ਚੋਂ ਚਲਕਦਾ ਹੈਗਾ ਤੇ ਜੇ ਸਾਡੀ ਲੈਂਗੁਏਜ ਹੀ ਖੋ ਲਈ ਗਈ ਜਦੋਂ ਬੰਦੇ ਦੀ ਲੈਂਗੁਏਜ ਹੀ ਖੋਣ ਤੱਕ ਜਿਹੜਾ ਉਹ ਚਲੇ ਜਾਂਦਾ ਕੋਈ ਕੋਈ ਸਟੇਟ ਜਿਹੜੀ ਆ ਉਹ ਜਾਣ ਲੱਗ ਪੈਂਦੀ ਆ ਤਾਂ ਫੇਰ ਉਹਦੇ ਪਿੱਛੇ ਰਹਿੰਦਾ ਕੀ ਆ ਸਾਨੂੰ ਅਸੀਂ ਤਾਂ ਫਿਰ ਗੁੰਗੇ ਹੋ ਗਏ ਅਸੀਂ ਤਾਂ ਫਿਰ ਗੁੰਗੇ ਹੋ ਗਏ ਫਿਰ ਸਾਡੇ ਪੱਲੇ ਕੀ ਰਹਿ ਗਿਆ ਜਦੋਂ ਸਾਡੀ ਜ਼ਬਾਨ ਜਿਹੜੀ ਸਾਡੀ ਮਾਂ ਬੋਲੀ ਜਿਹੜੀ ਹੈ ਉਹਨੂੰ ਖੋਣ ਤੇ ਉਹਨਾਂ ਨੇ ਫਰਮਾਨ ਸਮਝ ਲਓ ਕਿ ਤੁਹਾਡੇ ਤੱਕ ਪਹੁੰਚ ਗਿਆ ਸਮੇਂ ਲੋ ਕੁਝ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਹੋ ਕੇ ਆਗੀ ਤੁਹਾਡੇ ਕੋਲ ਫਿਰ ਤੁਸੀਂ ਕੀ ਕਰੋਗੇ ਤੁਸੀਂ ਕਿਉਂ ਸੁੱਤੇ ਹੋ ਪੰਜਾਬੀਓ ਕਿਉਂ ਸੁੱਤੇ ਹੋ ਤੁਸੀਂ ਬੜਾ ਸਾਡੇ ਉੱਤੇ ਵਿਰੋਧ ਇਹ ਲੋਕ ਕਰਦੇ ਨੇ ਕਿ ਤੁਸੀਂ ਬਾਹਰ ਬੈਠੇ ਲੋਕ ਸਾਨੂੰ ਜਿਹੜਾ ਹੈ ਉਹ ਪੰਡਦੇ ਹੋ ਤੁਸੀਂ ਸਾਡੇ ਦੇ ਖਿਲਾਫ ਜਿਹੜਾ ਹੈ ਉਹ ਬੋਲਦੇ ਹੋ ਸਾਨੂੰ ਬੜਾ ਕੁਝ ਸਹਿ ਕੇ ਬڑے ਲੋਕਾਂ ਦਾ ਸਾਨੂੰ ਵਿਰੋਧ ਜਿਹੜਾ ਹੈ ਉਹ ਸਹਿ ਕੇ ਤੇ ਫੇਰ ਅਸੀਂ ਗੱਲ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਤੱਕ ਜਿਹੜੀ ਹੈ ਉਹ ਗੱਲਬਾਤ ਅਸੀਂ ਜਿਹੜੀ ਹੈ ਉਹ ਪਹੁੰਚਾ ਸਕੀਏ ਸਹੀ ਖਬਰ ਸਹੀ ਜਿਹੜਾ ਜੋ ਕੁਝ ਹੋ ਰਿਹਾ ਹੈਗਾ ਉਹਦੇ ਤੇ ਅਸੀਂ ਗੱਲ ਕਰ ਸਕੀਏ ਸੋ ਸਾਡੇ ਸਾਡਾ ਹਿਉ ਜਿਹੜਾ ਹਿਰਦਾ ਹੈ ਅੰਦਰੋਂ ਵਲੁੰਦ ਰਿਆ ਜਾਂਦਾ ਜਦੋਂ ਅਸੀਂ ਇਹੋ ਜੀਆਂ ਖਬਰਾਂ ਸੁਣਦੇ ਹਾਂ ਪਰ ਕਈ ਵਾਰੀ ਮੈਨੂੰ ਇਹ ਹੈਰਾਨਗੀ ਹੁੰਦੀ ਹੈ ਕਿ ਜਿਹੜੇ ਉੱਥੇ ਕਈ ਲੋਕ ਨੇ ਬੈਠੇ ਨੇ ਛਿੜੀਆਂ ਪਾਰਟੀਆਂ ਨੇ ਉਹ ਮੈਂ ਦੇਖਾਂਗਾ ਹੁਣ ਕਿ ਕਿਹੜੇ ਕਿੰਨੇ ਕ ਲੋਕ ਚੜੇ ਨੇ ਉਹ ਕੁਝ ਦਿਨਾਂ ਦੇ ਵਿੱਚ ਅੱਗੇ ਆ ਕੇ ਜਿਹੜਾ ਉਹ ਪਹਿਲ ਪਹਿਲ ਕਦਮੀ ਕਰਦੇ ਨੇ ਕਿੱਥੇ ਗਈ ਅੱਜ ਸ਼ਰਮਣੀ ਕਮੇਟੀ ਸਾਡੀ ਜਿਹੜੀ ਜੀ ਸਿਰਮੌਰ ਕਮੇਟੀ ਹੈਗੀ ਆ ਉਹਨਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਹੈ ਉਹ ਉਹਦੇ ਜਥੇਦਾਰ ਨੂੰ ਨਹੀਂ ਪਤਾ ਲੱਗਿਆ ਉਹਦੇ ਪ੍ਰਧਾਨ ਨੂੰ ਨਹੀਂ ਪਤਾ ਲੱਗਿਆ ਉਹ ਉਹ ਉਹਨਾਂ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਉਹ ਸਟੇਟਮੈਂਟ ਦੇਣ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਉਹ ਇਸ ਚੀਜ਼ ਦੀ ਵਿਰੋਧਤਾ ਕਰਨ ਕਿੱਥੇ ਗਏ ਬਾਕੀ ਪੰਜਾਬੀ ਜਿਹੜੇ ਜਿਹੜੇ ਮਤਲਬ ਕਿ ਪੰਜਾਬੀ ਹੋਣ ਦਾ ਦਾਵਾ ਕਰਦੇ ਨੇ ਪੰਜਾਬੀ ਦੇ ਪੁੱਤ ਹੋਣ ਦਾ ਦਾਵਾ ਕਰਦੇ ਨੇ ਪੰਜਾਬੀਅਤ ਦਾ ਦਾਵਾ ਕਰਦੇ ਨੇ ਕਿੱਥੇ ਗਏ ਨੇ ਉਹ ਲੋਕ ਅੱਜ ਉਹਨਾਂ ਨੂੰ ਬੋਲਣਾ ਚਾਹੀਦਾ ਬਿਲਕੁਲ ਔਰ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਮੈਂ ਖਾਸ ਤੌਰ ਤੇ ਸਿੱਖ ਪੰਥ ਨੂੰ ਇਸ ਗੱਲ ਦਾ ਬਿਲਕੁਲ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਦੇਖੋ ਸਾਡਾ ਬਹੁਤ ਨੁਕਸਾਨ ਹੋ ਚੁੱਕਿਆ ਹੁਣ ਤੱਕ ਜੇ ਅਸੀਂ ਅੱਜ ਨਾ ਜਾਗੇ ਜਾਂ ਅੱਜ ਨਹੀਂ ਉੱਠੇ ਕਿਉਂਕਿ ਮੈਨੂੰ ਬਾਕੀ ਕਿਸੇ ਤੋਂ ਕੋਈ ਉਮੀਦ ਨਹੀਂ ਹੈ ਪੰਜਾਬ ਦੇ ਵਿੱਚ ਕਿਉਂਕਿ ਉਹ ਜਿਹੜੇ ਬਾਕੀ ਨੇ ਉਹ ਅੱਜ ਤੱਕ ਜਿਹੜਾ ਹੈ ਉਹ ਸਾਡੇ ਨਾਲ ਨਹੀਂ ਖੜੇ ਸਾਡੇ ਨਾਲ ਨਾ ਉਹ ਲੈਂਗੁਏਜ ਤੇ ਖੜੇ ਮੈਂ ਪਹਿਲਾਂ ਵੀ ਕਈ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ ਕਿ ਨਾ ਉਹ ਲੈਂਗੁਏਜ ਤੇ ਖੜੇ ਆ ਨਾ ਸਾਡੇ ਪਾਣੀਆਂ ਦੇ ਮੁੱਦੇ ਤੇ ਖੜੇ ਆ ਕਿਸੇ ਵੀ ਮੁੱਦੇ ਤੇ ਉਹ ਨਹੀਂ ਖੜੇ ਤੇ ਖੜਨਾ ਫੇਰ ਸਾਨੂੰ ਹੀ ਪੈਣਾ ਕਿਉਂਕਿ ਸਾਡਾ ਸਭ ਕੁਝ ਲੁੱਟਿਆ ਤੇ ਸਭ ਕੁਝ ਜਿਹੜਾ ਹੈ ਉਹ ਜਾ ਰਿਹਾ ਲਗਾਤਾਰ ਜਾ ਰਿਹਾ ਉਹ ਜਾ ਰਿਹਾ ਤੇ ਇਹਨਾਂ ਦੇ ਅਸੀਂ ਤੁਗਲੀਆ ਫਰਮਾਨਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਮੰਨਾਂਗੇ ਨਾ ਮੰਨਾਂਗੇ ਨਾ ਮੰਨਣ ਦਿਆਂਗੇ ਕਿਸੇ ਵੀ ਹਾਲਤ ਦੇ ਵਿੱਚ ਚਾਹੇ ਇਹਦੇ ਵਾਸਤੇ ਕੁਝ ਵੀ ਕਰਨਾ ਪਵੇ ਕਿਉਂਕਿ ਇਹਨਾਂ ਦੇ ਕੱਲ ਨੂੰ ਕੱਲ ਨੂੰ ਇਹ ਗੱਲ ਕਹਿਣੀ ਆ ਕਿ ਜਿਸ ਕਿਸੇ ਨੇ ਇਸ ਸਟੇਟ ਵਿੱਚ ਰਹਿਣਾ ਉਹ ਆਪਣੇ ਆਪ ਨੂੰ Hindu ਲਿਖਾ ਲਵੇ ਮੀਨਸ ਕਿ ਉਹ Hindu ਰਾਸ਼ਟਰ ਵੱਲ ਵੱਧ ਰਹੇ ਨੇ ਵਦਨੀ ਨੇ ਇਕੱਲੇ ਉਹਨਾਂ ਨੇ ਕੁਝ ਦਿਨਾਂ ਦੇ ਵਿੱਚ ਇਸ ਚੀਜ਼ ਨੂੰ ਡਿਕਲੇਅਰ ਕਰਨਾ ਤੇ ਜਦੋਂ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਤੇ ਫੇਰ ਵੀ ਤਾਂ ਅਸੀਂ ਰੌਲਾ ਪਾਵਾਂਗੇ ਨਾ ਫੇਰ ਵੀ ਤਾਂ ਅਸੀਂ ਉੱਠਾਂਗੇ ਵੀ ਨਾ ਇਦਾਂ ਬਿਲਕੁਲ ਹੀ ਡਿਫੈਂਸਿਵ ਹੋ ਕੇ ਸਾਡੀ ਗੱਲ ਜਿਹੜੀ ਆ ਉਹ ਨਹੀਂ ਬਣਨੀ ਕਿਉਂਕਿ ਉਹ ਤਾਂ ਰੋਜ਼ ਇੱਕ ਪੱਥਰ ਇੱਕ ਇੱਕ ਤੁਹਾਡੇ ਵਾਲ ਜਿਹੜਾ ਹੈ ਉਹ ਸਿੱਟ ਰਹੇ ਨੇ ਤੁਹਾਡਾ ਐਕਸ਼ਨ ਔਰ ਰਿਐਕਸ਼ਨ ਜ਼ਰੂਰ ਦੇਖਦੇ ਨੇ ਉਹ ਤੇ ਪਰ ਜੇ ਅਸੀਂ ਸੁੱਤੇ ਆ ਤੇ ਜੇ ਸਾਨੂੰ ਉਹ ਜਿਹੜਾ ਕੋਈ ਕਣਕੇ ਛੋਟੇ ਛੋਟੇ ਮਾਰਦੇ ਨੇ ਸਾਡੇ ਵਾਲ ਸੁੱਟਦੇ ਨੇ ਛੋਟੇ ਤਾਂ ਨਹੀਂ ਹੁੰਦੇ ਹੁੰਦੇ ਤਾਂ ਵੱਡੇ ਨੇ ਪਤਾ ਨਹੀਂ ਸਾਡੀ ਕਿਹੋ ਜੀ ਚਮੜੀ ਹੋ ਗਈ ਆ ਜਾਂ ਕੀ ਅਸੀਂ ਅਕਲ ਦੇ ਉੱਤੇ ਕਿਹੇ ਕਿਹੜੀ ਅਕਲ ਨੂੰ ਅਸੀਂ ਜਿੰਦਰਾ ਮਾਰ ਲਿਆ ਕਿ ਸਾਨੂੰ ਇਹ ਗੱਲਾਂ ਜੜੀਆਂ ਨੇ ਉਹ ਸਮਝ ਨਹੀਂ ਆ ਰਹੀਆਂ ਹੈਗੀਆਂ ਜਦ ਕਿ ਇਹ ਗੱਲਾਂ ਜੜੀਆਂ ਨੇ ਇਹ ਸਮਝਣ ਵਾਲੀਆਂ ਨੇ ਉਮੀਦ ਕਰਦਾ ਕਿ ਇਸ ਪ੍ਰੋਗਰਾਮ ਤੋਂ ਬਾਅਦ ਕੁਝ ਜਾਗਦੀਆਂ ਜ਼ਮੀਰਾਂ ਤੇ ਕੁਝ ਬਿਲਕੁਲ ਜੜੀਆਂ ਸੁੱਤੀਆਂ ਜ਼ਮੀਰਾਂ ਨੇ ਉਹਨਾਂ ਦੇ ਉੱਤੇ ਕੁਛ ਨਾ ਕੁਛ ਅਸਰ ਜ਼ਰੂਰ ਹੋਵੇਗਾ ਇਸ ਉਮੀਦ ਦੇ ਨਾਲ ਉਸ ਅਕਾਲਪੁਰ ਖਰਗੇ ਵੀ ਇਹੀ ਬੇਨਤੀ ਕਰਦੇ ਆ ਕਿ ਜੇ ਇਸ ਤਰ੍ਹਾਂ ਦਾ ਕੋਈ ਪਾਣਾ ਨਾ ਵਰਤੇ ਤਾਂ ਉਹ ਚੰਗਾਈ ਹੋਵੇਗਾ ਨਹੀਂ ਤਾਂ ਇਹਦੇ ਵਿੱਚ ਜਿਹੜਾ ਹੈ ਫੇਰ ਸਾਨੂੰ ਅੱਗੇ ਹੋ ਕੇ ਅਜਾਇਆਂ ਹੀ ਸਾਨੂੰ ਇੱਕ એનર્ਜੀ ਜਿਹੜੀ ਹੈ ਉਹ ਵੇਸਟ ਜਿਹੜੀ ਹੈ ਉਹ ਕਰਨੀ ਪੈਂਦੀ ਆ ਤੇ ਉਹਦੇ ਉੱਤੇ ਅਸੀਂ ਕਈ ਵਾਰੀ ਆਪਣਾ ਸਮਾਂ ਵੀ ਬਰਬਾਦ ਕਰਦੇ ਆ ਆਪਣਾ ਧਨ ਵੀ ਬਰਬਾਦ ਕਰਦੇ ਆ ਔਰ ਆਪਣਾ ਬਹੁਤ ਸਾਰਾ ਹੋਰ ਵੀ ਕੁਝ ਲਟਾ ਦਿੰਨੇ ਆ ਤੇ ਫੇਰ ਜਾ ਕੇ ਸਾਨੂੰ ਉਸ ਚੀਜ਼ ਦਾ ਜਿਹੜਾ ਜਦੋਂ ਅਸੀਂ ਜਿਹੜਾ ਵਿਰੋਧ ਕਰਦੇ ਆ ਤੇ ਫੇਰ ਉਹਦੇ ਵਿੱਚ ਸਾਨੂੰ ਬਹੁਤ ਕੁਝ ਗਵਾ ਕੇ ਤੇ ਫੇਰ ਸਾਨੂੰ ਇੰਨਾ ਕੁ ਹਾਸਲ ਹੋ ਜਾਂਦਾ ਕਿ ਅਸੀਂ ਉਸ ਚੀਜ਼ ਦਾ ਵਰੋਤ ਜਿਹੜਾ ਹੈ ਉਹ ਕਰ ਲਿਆ ਪਰ ਕਈ ਵਾਰੀ ਅਸੀਂ ਜਦੋਂ ਲੇਟ ਉੱਠਦੇ ਆ ਨਾ ਤੇ ਉਦੋਂ ਸਾਨੂੰ ਉਹ ਚੀਜ਼ ਜਿਹੜੀ ਹੈ ਨੁਕਸਾਨ ਦੇ ਹੁੰਦੀ ਆ ਅੱਜ ਉੱਠਣਾ ਜ਼ਰੂਰੀ ਆ ਮੈਨੂੰ ਇਹ ਲੱਗਦਾ ਕਿ ਸਾਡੀਆਂ ਇਹ ਗੱਲਾਂ ਤੁਹਾਡੇ ਤੱਕ ਜਦ ਪਹੁੰਚਣਗੀਆਂ ਤਾਂ ਤੁਸੀਂ ਇਸ ਦੇ ਵਿੱਚ ਇਸ ਦੇ ਵਿੱਚ ਆਪਣੀ ਇਨਪੁਟ ਔਰ ਇਸ ਦੇ ਵਿੱਚ ਜਰੂਰ ਤੁਸੀਂ ਸੋਚੋਗੇ ਆਪਸ ਵਿੱਚ ਗੱਲਬਾਤ ਜਰੂਰ ਕਿਸੇ ਨਾ ਕਿਤੇ ਜਿੱਥੇ ਵੀ ਬੈਠੋਗੇ ਉੱਥੇ ਜਰੂਰ ਕਰੋਗੇ ਇਸ ਉਮੀਦ ਦੇ ਨਾਲ ਕਿ ਅਸੀਂ ਦੁਆ ਕਰੀਏ ਉਸ ਪਰਮਾਤਮਾ ਅੱਗੇ ਕਿ ਕੋਈ ਇਹੋ ਜਿਹਾ ਸਮਾਂ ਸਾਨੂੰ ਦੁਬਾਰਾ ਪੰਜਾਬੀਆਂ ਨੂੰ ਨਾ ਵੇਖਣਾ ਪਵੇ ਜਿਹਦੇ ਵਿੱਚ ਸਾਡਾ ਜਿਹੜਾ ਬਹੁਤ ਵੱਡਾ ਨੁਕਸਾਨ ਆ ਉਹ ਹੋਵੇ ਸੋ ਸਮਾਂ ਜਿਹੜਾ ਹੈ ਦੋਸਤੋ ਸਮਾਪਤੀ ਵਾਲ ਹੈ ਕੱਲ ਆਪਾਂ ਕਿਸੇ ਹੋਰ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇੱਥੇ ਦਿਓ ਮੈਨੂੰ ਛੁੱਟੀਆਂ ਕੱਲ ਆਪਾਂ ਤੁਹਾਡੀ ਕਚਰੀ 'ਚ ਦੁਬਾਰਾ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਜੀ ਪੰਜਾਬੀਓ ਜਾਗਦੇ so the